ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਦੂਜਾ, ਜੰਤੂਆਂ ਵਿੱਚ ਪੋਸ਼ਣ ਦੇ ਵਿੱਚੋਂ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਆਓ ਅਗਲੇ 5 ਸਵਾਲ 31 ਤੋਂ 35 ਤੱਕ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਅਤੇ ਸਮਝੋ। ਸਾਰੇ ਸਵਾਲ ਜਵਾਬ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਪਰ ਮਗਰਾਂ ਵੀ ਇਹਨਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਇਸੀ ਚੈਨਲ ਤੇ ਪਿਆਰੇ ਵਿਦਿਆਰਥੀਓ, ਤੁਹਾਡੀ 7ਵੀਂ ਜਮਾਤ ਦੀਆਂ 3 ਪਲੇਲਿਸਟਾਂ ਹੋਰ ਨੇ। ਇਸ ਚੈਨਲ ਤੇ ਜਾਓ, ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ ਕਿ ਹੈਗੀ 7th English, ਜਿਹਦੇ ਵਿੱਚ ਤੁਹਾਡੀ ਇੰਗਲਿਸ਼ ਦੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ। ਇੱਕ ਹੈਗੀ ਹੈ 7ਵੀਂ ਗਣਿਤ, ਜਿਹਦੇ ਵਿੱਚ ਗਣਿਤ ਦੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ। ਤੇ ਇੱਕ ਹੈਗੀ 7th math, ਜਿਹੜੇ ਬੱਚਿਆਂ ਨੇ ਮੈਥ ਇੰਗਲਿਸ਼ ਮੀਡੀਅਮ ਵਿੱਚ ਲਿਆ, ਉਹ ਲਈ ਇੰਗਲਿਸ਼ ਮੀਡੀਅਮ ਵਿੱਚ ਵੀ ਸਾਰੀ ਕਿਤਾਬ ਹੱਲ ਕਰਕੇ ਪਾ ਦਿੱਤੀ ਗਈ ਹੈ। ਸੋ ਪਿਆਰੇ ਵਿਦਿਆਰਥੀਓ, ਇਸੀ ਚੈਨਲ ਤੋਂ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ। ਸੋ ਦੇਖੀਏ ਬੱਚੋ, 31ਵਾਂ ਸਵਾਲ, ਕਹਿੰਦੇ ਛੋਟੀ ਆਂਦਰ ਬਾਰੇ ਤੁਸੀਂ ਕੀ ਜਾਣਦੇ ਹੋ? ਸਮਾਲ ਇੰਟਸਟਾਈਨ ਜਿਹਨੂੰ ਕਹਿੰਦੇ ਆ, ਠੀਕ ਹੈ। ਸੋ ਛੋਟੀ ਆਂਦਰ ਬਹੁਤ ਹੀ ਕੁੰਡਲਦਾਰ ਹੁੰਦੀ ਹੈ, ਅੱਗੇ ਤਸਵੀਰ ਵੀ ਦਿਖਾਵਾਂਗੇ, ਅਤੇ ਤਕਰੀਬਨ 6 ਤੋਂ 7 ਮੀਟਰ ਲੰਬੀ ਹੁੰਦੀ ਹੈ। ਇਹ 3 ਕਿਸਮ ਦੇ ਰਿਸਾਵਾਂ ਨਾਲ ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦ ਕਰਦੀ ਹੈ। ਉਹ 3 ਰਿਸਾਵ ਇਸ ਤਰ੍ਹਾਂ ਹਨ। ਇਹ ਕਹਿੰਦੇ ਜਿਗਰ ਦਾ ਰਿਸਾਵ, ਸਿਕ੍ਰੀਸ਼ਨ ਫਰੋਮ ਲੀਵਰ, ਲੀਵਰ ਤੋਂ ਇਹ ਲੈਂਦੀ ਹੈ, ਜਿਹਨੂੰ ਕਹਿੰਦੇ ਬਾਈਲ। ਫਿਰ ਹੈਗਾ ਲੁੱਬਾ ਦਾ ਰਿਸਾਵ, ਸਿਕ੍ਰੀਸ਼ਨ ਫਰੋਮ ਪੈਨਕ੍ਰੀਆਸ, ਉਹਨੂੰ ਕਹਿੰਦੇ ਲੁੱਬਾ ਰਸ। ਤੇ ਇੱਕ ਹੈਗਾ ਛੋਟੀ ਆਂਦਰ ਦਾ ਰਿਸਾਵ, ਸਿਕ੍ਰੀਸ਼ਨ ਫਰੋਮ ਸਮਾਲ ਇੰਟੈਸਟਾਈਨ, ਭਾਵ ਛੋਟੀ ਆਂਦਰ ਦੇ ਆਪਣੇ ਵੀ ਰਿਸਾਵ ਹਨ। ਸੋ ਇਹ ਸੀ ਬੱਚੋ ਛੋਟੀ ਆਂਦਰ ਬਾਰੇ ਜਾਣਕਾਰੀ। ਅੱਗੇ ਚਲੀਏ, ਇਹ ਦੇਖੋ, ਇਹ ਬੱਚੋ ਛੋਟੀ ਆਂਦਰ ਦੀ ਤਸਵੀਰ ਹੈਗੀ ਹੈ। ਇਹ ਬਾਹਰ ਵੱਡੀ ਵਾਲੀ ਨਹੀਂ, ਇਹ ਵੱਡੀ ਆਂਦਰ ਹੈ ਜਿਹੜੀ ਚੌੜੀ ਜਿਹੀ ਹੈਗੀ ਹੈ। ਇਹ ਬਾਹਰ ਬਾਹਰ ਜਿਹੜੀ ਬਾਰਡਰ ਤੇ ਹੈਗੀ ਹੈ, ਇਹ ਜਿਹੜੀ ਅੰਦਰ ਦੇਖੋ ਕੁੰਡਲ ਮਾਰਿਆ ਇਹਨੇ ਤੇ, ਦੇਖੋ ਕਿੰਨੀ ਕੁੰਡਲਦਾਰ ਹੈ ਬੱਚਿਓ। ਜੇ ਇਹਨੂੰ ਪੂਰੀ ਖੋਲ ਲਵੋ, ਜਿੱਦਾਂ ਰੱਸੀ ਨਹੀਂ ਇਕੱਠੀ ਕੀਤੀ ਹੋਈ ਹੁੰਦੀ ਹੈ, ਸੱਪ ਕੁੰਡਲ ਕੁੰਡਲ ਮਾਰ ਕੇ ਬੈਠਾ ਹੁੰਦਾ। ਸੋ ਬੱਚਿਓ ਇਹ ਜੇ ਲੰਬੀ ਕਰ ਲਓ ਤੇ 6 ਤੋਂ 7 ਮੀਟਰ ਲੰਬੀ ਹੋ ਜਾਂਦੀ ਹੈ। 6 ਤੋਂ 7 ਮੀਟਰ ਲੰਬੀ, ਭਾਵ ਜੇ ਕਿ ਕਰੀਬ 20 ਫੁੱਟ, 20 ਬਾਈ ਫੁੱਟ, 23 ਫੁੱਟ ਤੱਕ ਹੈ, ਇੰਨੀ ਲੰਬੀ ਹੋ ਜਾਂਦੀ ਹੈ ਜੇ ਇਹਨੂੰ ਖੋਲੀਏ ਸਿਰੇ ਤੋਂ ਸਿਰੇ ਤੱਕ। ਸੋ ਅੰਦਰਲੀ ਜਿਹੜੀ ਅੰਦਰ ਹੈ ਬੱਚਿਓ, ਛੋਟੀ ਅੰਦਰ ਹੈਗੀ ਹੈ। ਤੇ ਇੱਥੇ ਵੀ ਦੇਖੋ ਬੱਚਿਓ, ਜਿਹੜੀ ਹੈ ਇਹ ਲਾਲ ਰੰਗ ਦੀ, ਗੂੜੇ ਲਾਲ ਰੰਗ ਦੀ ਹੈ, ਇਹਦੇ ਵੱਡੀ ਅੰਦਰ ਹੈ। ਇਹ ਜਿਹੜੀ ਅੰਦਰ ਪੀਲੇ ਰੰਗ ਦੀ ਹੈ, ਦੇਖੋ ਇਹਨੇ ਕੁੰਡਲ ਮਾਰਿਆ, ਇਹ ਜਿਹੜੀ ਹੈ ਜਿੱਥੇ ਮੇਰਾ ਨਿਸ਼ਾਨ ਲੱਗ ਰਿਹਾ, ਇਹ ਹੈਗੀ ਛੋਟੀ ਅੰਦਰ, ਠੀਕ ਹੈ। ਸੋ ਬੱਚੋ ਮੈਦੇ ਤੋਂ, ਇਹ ਮੈਦੇ ਤੋਂ ਜਿਹੜੀ ਹੈ ਛੋਟੀ ਅੰਦਰ ਜਿਹੜੀ ਹੈ, ਇਹ ਚੱਲਦੀ ਹੈ ਇੱਦਾਂ, ਠੀਕ ਹੈ। ਇਹ ਛੋਟੀ ਅੰਦਰ ਮੈਦੇ ਤੋਂ ਆਉਂਦੀ ਇੱਦਾਂ, ਤੇ ਕੁੰਡਲ ਮਾਰ ਕੇ, ਤੇ ਫਿਰ ਇੱਥੋਂ ਦੀ ਫਿਰ ਇਹ ਵੱਡੀ ਅੰਦਰ ਦੇ ਨਾਲ ਜੁੜੀ ਹੁੰਦੀ ਹੈ। ਸੋ ਇਸ ਗੱਲ ਦਾ ਖਿਆਲ ਰੱਖਣਾ, ਤਸਵੀਰ ਰਾਹੀਂ ਵੀ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਏਗੀ। ਅਗਲਾ ਚਲੀਏ, 32ਵਾਂ ਸਵਾਲ, ਜਿਗਰ ਦੇ ਰਿਸਾਵ ਦਾ ਨਾਂ ਕੀ ਹੈ? ਇਹ ਕਿੱਥੇ ਜਮ੍ਹਾਂ ਹੁੰਦਾ ਹੈ ਅਤੇ ਇਸ ਦਾ ਕੰਮ ਕੀ ਹੈ? ਜਿਗਰ, ਜੋ ਕਿ ਸਾਡੇ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਹੈ, ਇਹ ਵੀ ਬੱਚੋ ਸਵਾਲ ਆ ਸਕਦਾ ਖਾਲੀ ਥਾਂ ਭਰੋ ਵਿੱਚ, ਠੀਕ ਹੈ। ਇਹ ਜਿਗਰ ਜਿਹੜਾ ਬੱਚੋ ਸਾਡੇ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਹੈ, ਉਸਦੇ ਰਿਸਾਵ ਦਾ ਨਾਂ ਪਿਤ ਰਸ ਹੈ, ਠੀਕ ਹੈ। ਪਿਤ ਰਸ ਜਿਹਨੂੰ ਕਹਿੰਦੇ ਬਾਈਲ ਜੂਸ, ਤੇ ਇਹ ਰਿਸਾਵ ਪਿੱਤੇ ਵਿੱਚ ਜਮ੍ਹਾਂ ਹੁੰਦਾ ਹੈ, ਤੇ ਪਿੱਤੇ ਨੂੰ ਕਿਹਾ ਜਾਂਦਾ ਗਾਲ ਬਲੈਡਰ। ਧਿਆਨ ਨਾਲ ਸੁਣਨਾ ਬੱਚੋ ਗੱਲ, ਜਿਗਰ ਵਿੱਚੋਂ ਪਿਤ ਰਸ ਨਿਕਲਦਾ ਹੈ, ਤੇ ਪਿਤ ਰਸ ਜਮ੍ਹਾਂ ਕਿੱਥੇ ਹੁੰਦਾ ਹੈ? ਗਾਲ ਬਲੈਡਰ ਦੇ ਵਿੱਚ, ਪਿੱਤੇ ਵਿੱਚ। ਗਾਲ ਬਲੈਡਰ ਨੂੰ ਪਿੱਤਾ ਕਿਹਾ ਜਾਂਦਾ ਹੈ, ਜਿਗਰ ਨੂੰ ਲੀਵਰ ਕਿਹਾ ਜਾਂਦਾ ਹੈ, ਲੀਵਰ ਚੋਂ ਪਿਤ ਰਸ ਨਿਕਲਦਾ ਹੈ ਜਿਹਨੂੰ ਬਾਈਲ ਜੂਸ ਕਿਹਾ ਜਾਂਦਾ ਹੈ, ਤੇ ਸਟੋਰ ਹੁੰਦਾ ਹੈ, ਜਮ੍ਹਾਂ ਹੁੰਦਾ ਹੈ ਗਾਲ ਬਲੈਡਰ ਦੇ ਵਿੱਚ, ਜਮ੍ਹਾਂ ਰਹਿੰਦਾ ਹੈ। ਇੱਥੇ ਇਹ ਪਿਤ ਰਸ, ਬਾਈਲ ਜੂਸ, ਚਰਬੀ ਨੂੰ ਹਜ਼ਮ ਕਰਨ ਵਿੱਚ ਸਹਾਈ ਹੁੰਦਾ ਹੈ, ਇਹਦਾ ਇਹ ਕੰਮ ਹੈ। ਸੋ ਪਿੱਤੇ ਦੇ ਵਿੱਚੋਂ ਥੋੜਾ ਥੋੜਾ ਪਿਤ ਰਸ ਜਿਹੜਾ ਹੈ ਉਹ ਛੋਟੀ ਆਂਦਰ ਦੇ ਵਿੱਚ ਜਾਂਦਾ ਹੈ, ਤੇ ਫਿਰ ਉਹਨੂੰ ਜਮ੍ਹਾਂ, ਉਹਨੂੰ ਭੋਜਨ ਨੂੰ, ਚਰਬੀ ਨੂੰ ਜਮ੍ਹਾਂ ਹਜ਼ਮ ਕਰਨ ਦੇ ਵਿੱਚ ਸਹਾਈ ਹੁੰਦਾ, ਠੀਕ ਹੈ।
ਅੱਗੇ ਦੀ ਫੋਟੋ ਵੀ ਦਿਖਾਵਾਂਗੇ ਤੁਹਾਨੂੰ। ਲੁੱਬਾ ਜਿਹਨੂੰ ਪੈਨਕ੍ਰੀਅਸ ਕਹਿੰਦੇ ਆ ਅਤੇ ਲੁੱਬਾ ਰਸ ਪੈਨਕ੍ਰੀਆਟਿਕ ਜੂਸ ਬਾਰੇ ਜਾਣਕਾਰੀ ਦਿਓ। ਲੁੱਬਾ ਪੀਲੇ ਰੰਗ ਦੀ ਅਤੇ ਪੱਤੇ ਦੇ ਆਕਾਰ ਦੀ ਗ੍ਰੰਥੀ ਹੈ। ਪੀਲੇ ਰੰਗ ਦੀ ਹੁੰਦੀ ਹੈ ਅਤੇ ਪੱਤਾ ਜਿਹਦੇ ਰੁੱਖ ਦਾ ਪੱਤਾ ਹੁੰਦਾ ਵੀ ਉਹਦੇ ਆਕਾਰ ਦੀ ਹੁੰਦੀ ਹੈ, ਜੋ ਕਿ ਮੈਦੇ ਦੇ ਹੇਠਾਂ ਸਥਿਤ ਹੁੰਦੀ ਹੈ, ਮੈਦੇ ਦੇ ਥੱਲੇ। ਇਸ ਵਿੱਚੋਂ ਦਿਸਦਾ ਲੁੱਬਾ ਰਸ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਰਬੀ ਦੇ ਪਾਚਨ ਵਿੱਚ ਮਦਦ ਕਰਦਾ ਹੈ। ਤਿੰਨੋਂ ਕਿਸਮ ਦੇ ਜਿਹੜੇ ਆਪਣੇ ਭੋਜਨ ਦੇ ਅੰਸ਼ ਨੇ, ਕਾਰਬੋਹਾਈਡਰੇਟ ਵੀ, ਪ੍ਰੋਟੀਨ ਵੀ ਤੇ ਚਰਬੀ ਨੂੰ ਪਾਚਨ ਵਿੱਚ ਮਦਦ ਕਰਦਾ ਹੈ। ਫਿਰ ਛੋਟੀ ਆਂਦਰ ਦੇ ਰਸਾਂ ਸਿਕ੍ਰੀਸ਼ਨਸ ਆਫ ਸਮਾਲ ਇੰਟੈਸਟਾਈਨ ਬਾਰੇ ਦੱਸੋ। ਛੋਟੀ ਆਂਦਰ ਦੇ ਰਸ ਸਿਕ੍ਰੀਸ਼ਨਸ ਆਫ ਸਮਾਲ ਇੰਟੈਸਟਾਈਨ ਭੋਜਨ ਦੇ ਸਾਰੇ ਅੰਸ਼ਾਂ ਦਾ ਪਾਚਨ ਕਰਦੇ ਹਨ, ਸਾਰੇ ਅੰਸ਼। ਇਹਨਾਂ ਰਸਾਂ ਦੁਆਰਾ ਕਾਰਬੋਹਾਈਡਰੇਟਸ ਗਲੂਕੋਜ਼ ਵਿੱਚ ਟੁੱਟਦੇ ਹਨ, ਕਾਰਬੋਹਾਈਡਰੇਟ ਗਲੂਕੋਜ਼ ਬਣ ਜਾਂਦਾ ਹੈ, ਚਰਬੀ ਫੈਟੀ ਅਮਲਾਂ ਵਿੱਚ ਫੈਟੀ ਐਸਿਡਸ ਵਿੱਚ ਬਣਦਾ ਹੈ ਤੇ ਪ੍ਰੋਟੀਨ ਐਮੀਨੋ ਅਮਲਾਂ ਵਿੱਚ ਭਾਵ ਐਮੀਨੋ ਐਸਿਡਸ ਵਿੱਚ ਬਦਲੇ ਜਾਂਦੇ ਹਨ। ਸੋ ਕਾਰਬੋਹਾਈਡਰੇਟ ਗਲੂਕੋਜ਼ ਵਿੱਚ ਬਦਲ ਜਾਂਦਾ ਹੈ, ਫੈਟ ਫੈਟੀ ਐਸਿਡ ਬਦਲ ਜਾਂਦਾ ਹੈ ਤੇ ਪ੍ਰੋਟੀਨ ਐਮੀਨੋ ਐਸਿਡ ਵਿੱਚ ਬਦਲੀ ਜਾਂਦੀ ਹੈ। ਇਹ ਸਭ ਕਿੱਥੇ ਹੁੰਦਾ ਹੈ? ਛੋਟੀ ਆਂਦਰ ਦੇ ਵਿੱਚ ਤੇ ਛੋਟੀ ਆਂਦਰ ਦੇ ਰਸ ਇਹ ਜਿਹੜਾ ਕੰਮ ਕਰਦੇ ਨੇ, ਠੀਕ ਹੈ। ਇਹ ਦੇਖੋ ਬੱਚੇ, ਹੁਣ ਇਹ ਤਸਵੀਰ ਹੈਗੀ ਹੈ, ਇਹ ਜਿਹੜਾ ਲਾਲ ਰੰਗ ਦਾ ਵੱਡਾ ਜਿਹਾ ਦੇਖੋ ਗ੍ਰੰਥੀ, ਇਹ ਹੈਗੀ ਜਿਗਰ ਜਿਹਨੂੰ ਕਹਿੰਦੇ ਲੀਵਰ। ਇਹਦੇ ਵਿੱਚੋਂ ਪਿੱਤਾ ਪਿਤਰਸ ਨਿਕਲਦਾ ਹੈ ਤੇ ਇਹ ਹੈਗਾ ਵਿੱਚੋਂ ਪਿੱਤਾ ਛੋਟਾ ਜਿਹਾ ਥੱਲੇ। ਇਹਦੇ ਵਿੱਚ ਇਹ ਪਿਤਰਸ ਨਿਕਲ ਕੇ ਇਹਦੇ ਚ ਜਮਾ ਹੋ ਜਾਂਦਾ ਹੈ ਤੇ ਇਹਦੇ ਰਾਹੀਂ ਫਿਰ ਬੱਚਿਆਂ ਚ ਇਹ ਦੇਖੋ ਛੋਟੀ ਨਲੀ ਹੈਗੀ ਹੈ, ਪਿਤਰਸ ਨਲੀ ਹੈਗੀ ਹੈ, ਇਹਦੇ ਰਾਹੀਂ ਹੈ ਤੁਪਕਾ ਤੁਪਕਾ ਕਰਕੇ ਛੋਟੀ ਆਂਦਰ ਦੇ ਵਿੱਚ ਜਾਂਦਾ ਹੈ। ਤੇ ਬੱਚੇ ਪੀਲੇ ਰੰਗ ਦੀ ਪੱਤੇ ਵਰਗੀ ਜਿਹੜੀ ਹੈਗੀ ਹੈ ਲੁੱਬਾ, ਤੇ ਲੁੱਬਾ ਨਲੀ ਹੈਗੀ ਹੈ ਤੇ ਲੁੱਬਾ ਨਲੀ ਨਾਲ ਹੀ ਜਿਹੜਾ ਲੁੱਬਾ ਰਸ ਜਿਹੜਾ ਹੈਗਾ ਉਹ ਆਂਦਰ ਦੇ ਵਿੱਚ ਛੋਟੀ ਆਂਦਰ ਦੇ ਵਿੱਚ ਜਾਂਦਾ ਹੈ। ਸੋ ਇੱਥੋਂ ਦੇਖੋ ਇਹ ਸਾਰਾ ਇਹ ਦੇਖੋ ਇਹ ਮੈਦੇ ਦੇ ਥੱਲੇ, ਮੈਦਾ ਇੱਥੇ ਨਹੀਂ ਦਿਖਾਇਆ ਹੋਇਆ, ਇਹ ਛੋਟੀ ਆਂਦਰ ਦੀ ਜਿੱਦਾਂ ਉਹ 'ਚ ਇੱਥੇ ਬੈਠੀ ਹੋਈ ਹੈ ਲੁੱਬਾ। ਇਹ ਹੈਗਾ ਪਿੱਤਾ, ਇਹ ਲਾਲ ਰੰਗ ਦਾ ਜਿਹੜਾ ਤਿਕੋਣਾ ਜਿਹਾ ਬਣਿਆ ਹੋਇਆ, ਇਹ ਬੱਚੇ ਹੈਗੀ ਹੈ ਜਿਗਰ, ਇਹਨੂੰ ਕਹਿੰਦੇ ਲੀਵਰ, ਠੀਕ ਹੈ। ਹੁਣ ਆ ਗਿਆ ਇਸ ਵੀਡੀਓ ਦਾ ਆਖਰੀ ਸਵਾਲ। ਛੋਟੀ ਆਂਦਰ ਵਿੱਚ ਪਚੇ ਹੋਏ ਭੋਜਨ ਦਾ ਸੋਖਣ ਅਤੇ ਸਵੈ ਅੰਗੀਕਰਨ ਕਿਵੇਂ ਹੁੰਦਾ ਹੈ? ਸੋ ਜਵਾਬ ਹੈ, ਛੋਟੀ ਆਂਦਰ ਵਿੱਚ ਪਾਚਨ ਮਗਰੋਂ ਪਚਿਆ ਹੋਇਆ ਭੋਜਨ ਆਂਦਰ ਦੀ ਲਹੂ ਵਹਿਣੀਆਂ, ਲਹੂ ਦੇ ਪਾਈਪ, ਉਹਨੂੰ ਵਹਿਣੀਆਂ ਕਹਿ ਦਿੰਦੇ ਹਾਂ। ਜਿਹ ਚੋਂ ਲਹੂ ਵਹਿ ਕੇ ਜਾਂਦਾ ਹੈ ਉਹਨੂੰ ਕਹਿ ਦਿੰਦੇ ਲਹੂ ਵਹਿਣੀਆਂ, ਜਿਹਨੂੰ ਅੰਗਰੇਜ਼ੀ ਕਹਿੰਦੇ ਬਲੱਡ ਵੈਸਲਸ ਵਿੱਚ ਚਲਾ ਜਾਂਦਾ ਹੈ, ਠੀਕ ਹੈ। ਇਸ ਪ੍ਰਕਿਰਿਆ ਨੂੰ ਸੋਖਣ ਜਾਂ ਐਬਜ਼ੋਰਪਸ਼ਨ ਕਿਹਾ ਜਾਂਦਾ ਹੈ। ਛੋਟੀ ਆਂਦਰ ਦੀ ਅੰਦਰਲੀ ਕੰਧ ਤੇ ਬਹੁਤ ਸਾਰੇ ਉਂਗਲਾਂ ਵਰਗੇ ਉਭਾਰ ਹੁੰਦੇ ਹਨ, ਬਹੁਤ ਬਰੀਕ ਬਰੀਕ ਨਿੱਕੇ ਨਿੱਕੇ, ਜਿਨ੍ਹਾਂ ਨੂੰ ਰਸ ਅੰਕੁਰ ਜਾਂ ਵਿਲਈ ਕਿਹਾ ਜਾਂਦਾ ਹੈ, VILLI ਵਿਲਈ ਕਹਿੰਦੇ ਹਨ। ਇਹਨਾਂ ਨਾਲ ਆਂਦਰ ਦਾ ਸੋਖਣ ਲਈ ਖੇਤਨ ਵੱਧ ਜਾਂਦਾ ਹੈ। ਜਿਵੇਂ ਪੁੱਛੇ ਵੀ ਵਿਲਈ ਦਾ ਕੀ ਮਕਸਦ ਹੈ, ਇਹਦਾ ਕੀ ਫਾਇਦਾ ਹੈ? ਵਿਲਈ ਦੇ ਨਾਲ ਕੀ ਹੈ? ਸੋਖਣ ਲਈ ਖੇਤਰ ਫਲ ਵੱਧ ਜਾਂਦਾ ਹੈ। ਹਰੇਕ ਰਸ ਅੰਕੁਰ ਨੂੰ ਉਹਨੂੰ ਵਿਲਸ ਕਿਹਾ ਜਾਂਦਾ ਹੈ। ਦੇਖੋ ਇੱਕ ਵਚਨ ਬੱਚੇ, ਜਿਹੜਾ ਇੱਕ ਵਚਨ ਹੈਗਾ ਉਹ ਹੈਗਾ VILLUS ਇੱਕ ਵਚਨ, ਤੇ ਜੇ ਬਹੁਵਚਨ ਹੋਵੇ ਤੇ ਫਿਰ US ਦੀ ਜਗ੍ਹਾ I ਲੱਗ ਜਾਂਦਾ, ਵਿਲਈ। ਬਹੁਵਚਨ ਹੈਗਾ ਵਿਲਈ ਤੇ ਸਿੰਗਲ ਵਚਨ ਹੈਗਾ, ਸਿੰਗੂਲਰ ਹੈਗਾ ਵਿਲਸ, ਠੀਕ ਹੈ। ਇੱਕ ਉਂਗਲ ਨੂੰ, ਇੱਕ ਰਸ ਅੰਕੁਰ ਨੂੰ ਵਿਲਸ ਕਿਹਾ ਜਾਂਦਾ, ਬਹੁਤ ਸਾਰੇ ਰਸ ਅੰਕੁਰਾਂ ਨੂੰ ਵਿਲਈ ਕਿਹਾ ਜਾਂਦਾ, ਠੀਕ ਹੈ। ਇਹ ਵੀ ਅੰਗਰੇਜ਼ੀ ਦੀ ਗੱਲਾਂ ਤੁਹਾਨੂੰ ਮੈਂ ਨਾਲ ਨਾਲ ਦੱਸੀ ਜਾ ਰਿਹਾ, ਇਹਨਾਂ ਨੂੰ ਧਿਆਨ 'ਚ ਰੱਖੋ। ਕਹਿੰਦੇ ਰਸ ਅੰਕੁਰ ਵਿਲਸ ਦੀ ਸਤ੍ਹਾ ਤੇ ਬਹੁਤ ਬਰੀਕ, ਬਹੁਤ ਹੀ ਬਰੀਕ ਅਤੇ ਛੋਟੀਆਂ ਲਹੂ ਵਹਿਣੀਆਂ ਹੁੰਦੀਆਂ ਹਨ, ਜਿਨ੍ਹਾਂ ਰਾਹੀਂ ਸੋਖਿਆ ਹੋਇਆ ਭੋਜਨ ਲਹੂ ਦੁਆਰਾ ਸਰੀਰ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ।
ਤੇ ਇਸ ਨੂੰ ਕਹਿੰਦੇ ਨੇ ਸਵੈ ਅੰਗੀਕਰਨ। ਸਵੈ ਅੰਗੀਕਰਨ ਨੂੰ ਅੰਗਰੇਜ਼ੀ 'ਚ ਕਹਿੰਦੇ ਆ ਐਸੀਮੀਲੇਸ਼ਨ। ਸੋ ਬੱਚਿਓ ਇਸ ਤਰ੍ਹਾਂ ਸੋਖਣ ਤੇ ਸਵੈ ਅੰਗੀਕਰਨ ਜਿਹਨੂੰ ਐਸੀਮੀਲੇਸ਼ਨ ਕਹਿੰਦੇ ਆ ਉਹਦੀ ਪ੍ਰਕਿਰਿਆ ਛੋਟੀ ਅੰਦਰ ਵਿੱਚ ਹੁੰਦੀ ਹੈ। ਸੋ ਵਿਲਸ ਦੇ ਆਧਾਰ ਤੇ, ਵਿਲਸ ਦੇ ਜਿਹੜਾ ਬੇਸ ਹੈਗਾ ਉਹਦੇ ਬੱਚਿਓ ਉਹਦੀ ਸਤ੍ਹਾ ਦੇ ਉੱਤੇ ਬਹੁਤ ਬਰੀਕ ਬਰੀਕ ਖੂਨ ਵਹਿਣੀਆਂ ਹੁੰਦੀਆਂ ਨੇ ਤੇ ਉਹਦੇ ਰਾਹੀਂ ਲਹੂ ਵਹਿਣੀਆਂ ਦੇ ਰਾਹੀਂ ਜਿਹੜਾ ਉਹ ਖੂਨ ਹੈਗਾ ਸਾਰੇ ਪੋਸ਼ਕ ਤੱਤਾਂ ਨੂੰ ਸਾਡੇ ਸਰੀਰ ਦੇ ਵੱਖ ਵੱਖ ਅੰਗਾਂ ਤੱਕ ਲੈ ਕੇ ਜਾਂਦਾ ਹੈ। ਸੋ ਇਹ ਸੀ ਪਿਆਰੇ ਵਿਦਿਆਰਥੀਓ, ਇਸ ਵੀਡੀਓ ਵਿੱਚ ਅਸੀਂ 5 ਸਵਾਲ ਕੀਤੇ ਨੇ। ਸੋ ਤੁਸੀਂ ਇਸੀ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।